ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਇੰਗਲਿਸ਼ ਮੀਡੀਅਮ ਦੀ 8th ਕਲਾਸ ਦੀ ਮੈਥ ਦੀ ਨਿਊ ਬੁੱਕ ਚੈਪਟਰ ਨੰਬਰ 7 ਕੰਪੇਅਰਿੰਗ ਕੁਆਂਟੀਟੀਜ਼ ਤੇ ਇਸ ਚੈਪਟਰ ਦੀ ਬੱਚਿਓ ਆਖਰੀ ਐਕਸਰਸਾਈਜ਼ 7.9 ਜੋ ਕਿ ਮਲਟੀਪਲ ਚੋਇਸ ਕੁਐਸਚਨਸ ਨੇ 6 ਸੇ ਦੇ ਵਿੱਚ ਉਹ ਸਾਰੇ ਕੁਐਸਚਨਸ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਆਨਸਰਸ ਨੂੰ ਕਾਪੀ ਡਾਊਨ ਕਰ ਲਓ ਤੇ ਬਾਅਦ ਵਿੱਚੋਂ ਇਹਨਾਂ ਨੂੰ ਆਪਣੇ ਆਪ ਕਰਨ ਦੀ ਪ੍ਰੈਕਟਿਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਦੇ ਉੱਤੇ ਪਿਆਰੇ ਵਿਦਿਆਰਥੀ ਤੁਹਾਡੀਆਂ 8th ਕਲਾਸ ਨਾਲ ਜੁੜੀਆਂ ਹੋਰ ਪਲੇਲਿਸਟ ਵੀ ਹੈਗੀਆਂ ਉਹ ਵੀ ਜ਼ਰੂਰ ਦੇਖੋ 8th ਸਾਇੰਸ 8th ਮੈਥ ਨੋਟਸ 8th ਇੰਗਲਿਸ਼ 8th ਗ੍ਰਾਮਰ ਫਿਰ ਮੈਥ ਕਨਸੈਪਟਸ ਅਤੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਉਹ ਵੀਡੀਓਜ਼ ਵੀ ਉਹਨਾਂ ਦੇ ਪਲੇਲਿਸਟਾਂ ਤੇ ਜਾ ਕੇ ਤੁਸੀਂ ਜ਼ਰੂਰ ਦੇਖੋ ਤੁਹਾਨੂੰ ਬੜਾ ਫਾਇਦਾ ਹੋਏਗਾ ਸੋ ਆ ਦੇਖੀਏ ਬੱਚਿਓ ਆਪਣੀ ਐਕਸਰਸਾਈਜ਼ ਮਲਟੀਪਲ ਚੁਆਇਸ ਕੁਐਸਚਨਸ ਜਨਰਲ ਨੌਲੇਜ ਟਾਈਪ ਦੇ ਬੱਚਿਓ ਕੁਐਸਚਨਸ ਹੈਗੇ ਨੇ when an account is opened in two names the account is known as joint account ਯਾਦ ਰੱਖਣਾ ਕੇਵਰ ਹਸਬੰਡ ਵਾਈਫ ਇਕੱਠਾ ਇਕੋਂਡ ਖੋਲਦੇ ਨੇ ਹੈਨਾ ਸੋ ਅਸੀਂ ਉਹਨਾਂ ਨੂੰ ਕਹਿੰਦੇ ਨੇ ਜੁਆਇੰਟ ਅਕਾਊਂਟ ਜਦੋਂ ਇੱਕ ਅਕਾਊਂਟ ਦੋ ਨਾਵਾਂ ਵਿੱਚ ਖੋਲਿਆ ਜਾਂਦਾ ਉਹਨੂੰ ਜੁਆਇੰਟ ਅਕਾਊਂਟ ਕਹਿੰਦੇ ਨੇ ਠੀਕ ਹੈ ਫਿਰ ਫॉर ਟੇਕਿੰਗ ਕੈਸ਼ ਆਊਟ ਆਫ ਐਨ ਅਕਾਊਂਟ ਵੀ ਹੈਵ ਟੂ ਫਿਲ ਅ ਵਿਡਰੋਅਲ ਸਲਿੱਪ ਕਿਉਂ ਜਿਹੜਾ ਜਿਹੜਾ ਟੇਕਿੰਗ ਆਊਟ ਨੂੰ ਕਹਿੰਦੇ ਆ ਵਿਡਰੋ ਵਿਡਰੋਇੰਗ ਆਊਟ ਠੀਕ ਹੈ ਵਿਡਰੋਇੰਗ ਸੋ ਜਦੋਂ ਅਸੀਂ ਕੈਸ਼ ਕਢਾਣਾ ਹੋਵੇ ਇਹ ਅਸੀਂ ਇੰਗਲਿਸ਼ ਵਿੱਚ ਕਹਿੰਦੇ ਵਿਡਡਰਾ ਕੈਸ਼ ਤੇ ਉਹ ਲਿਓਰ ਸਲਿੱਪ ਫਾਰਮ ਭਰੀ ਜਾਂਦਾ ਹੈ ਜੋ ਸਲਿੱਪ ਭਰੀ ਜਾਂਦੀ ਉਹਨੂੰ ਕਿਹਾ ਜਾਂਦਾ ਵਿਡਡਰੋਅਲ ਸਲਿੱਪ ਸੋ ਹੈਗੀਏ ਵਿਡਡਰੋਅਲ ਸਲਿੱਪ ਠੀਕ ਹੈ ਤੇ ਏਟੀਐਮ ਅਸੀਂ ਸਾਰੇ ਜਾਣਦੇ ਬੱਚਿਓ ਥਾਂ ਥਾਂ ਤੇ ਏਟੀਐਮ ਖੁੱਲੇ ਹੋਏ ਨੇ ਜਿੱਥੋਂ ਦੀ ਅਸੀਂ ਆਪਣਾ ਕੈਸ਼ ਕਢਾਉਂਦੇ ਆ ਤੈਨੂੰ ਕਿਹਾ ਜਾਂਦਾ ਆਟੋਮੈਟਿਡ ਟੈਲਰ ਮਸ਼ੀਨਾਂ ਦੇ ਕੋਲ ਟੈਲਰ T E D B L E R ਠੀਕ ਹੈ ਟੈਲਰ ਨਹੀਂ ਅਗਰ ਟੈਲਰ ਹੈਗਾ ਟੈਲਰ ਦਾ ਮਤਲਬ ਹੁੰਦਾ ਬੱਚਿਓ ਜਿਹੜਾ ਬੰਦਾ ਕੈਸ਼ ਨੂੰ ਹੈਂਡਲ ਕਰਦਾ ਰੁਕੜੀ ਅਜਨੂੰ ਕਹਿੰਦੇ ਜੋ ਕੈਸ਼ ਲੈਂਦਾ ਦਿੰਦਾ ਹੈ ਬੈਂਕਾਂ ਜਿਹੜਾ ਪਹਿਲੇ ਬੰਦਾ ਬੈਠਾ ਹੁੰਦਾ ਸੀ ਜੋ ਪੈਸੇ ਗਣਦਾ ਸੀ ਲੈਂਦਾ ਸੀ ਤੇ ਪੈਸੇ ਦਿੰਦਾ ਸੀ ਹਨਾ ਸੋ ਅਸੀਂ ਅੱਜ ਕੱਲ੍ਹ ਐ ਆਪਣਾ ਪਿਨ ਪਾ ਕੇ ਆਪਣਾ ਕਾਰਡ ਪਾ ਕੇ ਅਸੀਂ ਪੈਸੇ ਕਢਾ ਸਕਦੇ ਆ ਤੇ ਉਹਨੂੰ ਕਹਿੰਦੇ ਆ ਉਸ ਮਸ਼ੀਨ ਨੂੰ ਕਹਿੰਜਦਾ ਆਟੋਮੇਟਿਡ ਟੈਲਰ ਮਸ਼ੀਨ ਠੀਕ ਹੈ ਜੀ ਤੁਸੀਂ ਬੱਚਿਓ ਇਸੀ ਚੈਨਲ ਤੇ ਮੇਰੇ ਚੈਨਲ ਤੇ ਇੱਕ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਉੱਤੇ ਮੈਂ ਬੜੀ ਸਾਰੇ ਐਬ੍ਰੀਵੀਏਸ਼ਨਸ ਦੇ ਵੀਡੀਓ ਬਣਾਏ ਹੋਏ ਨੇ ਮਿਲਟਰੀ ਨਾਲ ਜੁੜੇ ਹੋਏ ਬੈਂਕਿੰਗ ਨਾਲ ਜੁੜੇ ਹੋਏ ਜਨਰਲ ਨੋਲੇਜ ਨਾਲ ਜੁੜੇ ਹੋਏ ਸਾਇੰਸ ਐਂਡ ਟੈਕਨੋਲੋਜੀ ਨਾਲ ਜੁੜਿਆ ਹੋਇਆ ਸੋ ਤੁਸੀਂ ਉਹ ਵੀਡੀਓਜ਼ ਹੀ ਦੇਖੋ ਤੁਹਾਡੀ ਨੌਲੇਜ ਬਹੁਤ ਵਧੇਗੀ ਉਹਦੇ ਵਿੱਚ ਮੈਂ ਇਹ ਵਾਲਾ ATM ਦੀ ਐਬ੍ਰੀਵੀਏਸ਼ਨ ਇਹੋ ਚ ਪਾਈ ਹੋਈ ਹੈ ਤੇ ਇਹ ਨਾਲ ਰਿਲੇਟਡ ਹੋਰ ਬੜੀਆਂ ਸਾਰੀਆਂ ਐਬ੍ਰੀਵੀਏਸ਼ਨ ਜਿਹੜੀਆਂ ਤੁਹਾਡੇ ਕੰਮ ਦੀਆਂ ਤੁਸੀਂ ਉੱਥੇ ਦੇਖ ਕੇ ਆਪਣੀ ਨੌਲੇਜ ਵਾਧਾ ਕਰ ਸਕਦੇ ਹੋ ਅਗਲਾ ਆ ਗਿਆ ਬੱਚੇ ਪਿਨ ਹੁਣ ਦੇਖੋ ਇੱਕ ਆ ਵੀ ਹੈਗੀ ਪਿਨ ਇਹਨੂੰ ਕਹਿੰਦੇ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ ਠੀਕ ਹੈ ਜੀ ਸੋ ਵਰ ਪੁਟਿੰਗ ਕੈਸ਼ ਇਨਟੂ ਐਨ ਅਕਾਊਂਟ we have to fill a deposit slip ਤਾਂ ਕੋਣ ਹੈ ਕਿ ਪੁੱਟਿੰਗ ਕੈਸ਼ ਕੈਸ਼ ਜਮਾ ਕਰਾਉਣਾ ਹੈ ਡਿਪੋਜ਼ਿਟ ਕਰਾਉਣਾ ਹੈ ਤਾਂ ਅਸੀਂ ਪੜਦੇ ਹਾਂ ਡਿਪੋਜ਼ਿਟ ਸਲਿਪ ਜੇ ਕੈਸ਼ ਬਾਹਰ ਕਢਾਣਾ ਹੈ ਪੈਸੇ ਲੈਣੇ ਨੇ ਫਿਰ ਪੜਦੇ ਹਾਂ ਵਿਡਰਾਅਲ ਸਲਿਪ ਤੇ ਜੇ ਪੈਸੇ ਜਮਾ ਕਰਾਉਣੇ ਨੇ ਬੈਂਕ ਵਿੱਚ ਫਿਰ ਭਰੀ ਜਾਂਦੀ ਹੈ ਡਿਪੋਜ਼ਿਟ ਸਲਿਪ ਠੀਕ ਹੈ ਫਿਰ ਆ ਗਿਆ ਲਿਸਟ ਦੀ ਟ੍ਰਾਂਜੈਕਸ਼ਨਸ ਕੈਰੀਡ ਆਊਟ ਇਨ ਦੀ ਅਕਾਊਂਟ ਟ੍ਰਾਂਜੈਕਸ਼ਨਸ ਹੁੰਦੀਆਂ ਵਿੱਚੋਂ ਲੈਣ ਦੇਣ ਮਤਲਬ ਕਿ ਪੈਸਾ ਆਇਆ ਤੇ ਪੈਸਾ ਗਿਆ ਲੈਣ ਦੇਣ ਇਹ ਦੋਨੋਂ ਜਿਹੜੀਆਂ ਕਿਰਿਆਵਾਂ ਨੇ ਇਹਨਾਂ ਨੂੰ ਇੰਗਲਿਸ਼ ਵਿੱਚ ਕੀ ਆ ਜਾਂਦਾ ਟਰਾਂਜੈਕਸ਼ਨਸ ਕੈਸ਼ ਇਨ ਕੈਸ਼ ਆਊਟ ਇਹ ਸਾਰਾ ਵੇਰਵਾ ਸਾਰੀ ਡਿਟੇਲ ਕਿੱਥੇ ਦਿੱਤੇ ਹੁੰਦੇ ਨੇ ਪਾਸਬੁੱਕ ਦੇ ਵਿੱਚ ਪਾਸਬੁੱਕ ਦੇਖੋ ਲਿਖਿਆ ਹੁੰਦਾ ਬੱਚਿਓ ਉੱਤੇ ਡੇਟ ਲਿਖੀ ਹੁੰਦੀ ਹੈ ਤੇ ਲਿਖਿਆ ਹੁੰਦਾ ਕਿ ਇੰਨੇ ਪੈਸੇ ਤੁਹਾਡੇ ਗਏ ਮਤਲਬ ਇਹ ਤੁਸੀਂ ਕੈਸ਼ ਕਢਾਇਆ ਇਹ ਮਾਈਨਸ ਹੋ ਗਏ ਜਾਂ ਤੁਸੀਂ ਇਸ ਬੰਦੇ ਦੇ ਨਾਂ ਤੇ ਆਵਲਾ ਇੰਨੇ ਅਮਾਉਂਟ ਦਾ ਚੈੱਕ ਦਿੱਤਾ ਤੇ ਪੈਸੇ ਕੱਟੇ ਗਏ ਇਫਰ ਜਮਾ ਕਰਾਇਆ ਜਾਂ ਤੁਹਾਨੂੰ ਬਾਹਰੋਂ ਕਿਤੇ ਉਹਦੀ ਕਿਸੇ ਬੰਦੇ ਨੇ ਚੈੱਕ ਦਿੱਤਾ ਤੁਸੀਂ ਜਮਾ ਕਰਾਇਆ ਸੀ ਤੁਹਾਡੇ ਪੈਸੇ ਜਮਾ ਹੋ ਗਏ ਤੇ ਤੁਹਾਡਾ ਇਹਨਾਂ ਵਿਆਜ ਲੱਗਾ ਸੋ ਸਾਰਾ ਵੇਰਵਾ ਜਿਹੜਾ ਹੈ ਬੱਚਿਓ ਪਾਸਬੁੱਕ ਵਿੱਚ ਦਿੱਤਾ ਜਾਂਦਾ ਇਹਨੂੰ ਕਹਿੰਦੇ ट्रांजੈਕਸ਼ਨਸ ਕਿ ਕੈਸ਼ ਕਿੰਨਾ ਆਇਆ ਕਿੱਥੋਂ ਆਇਆ ਠੀਕ ਹੈ ਤੇ ਕੈਸ਼ ਕਿੰਨਾ ਕਢਾਇਆ ਕਦੋਂ ਕਢਾਇਆ ਉਹ ਸਾਰੇ ਜਿਹੜਾ ਡਿਟੇਲ ਹੈ ਉਹ ਪਾਸਬੁੱਕ ਵਿੱਚ ਦਿੱਤਾ ਹੁੰਦਾ ਸੋ ਉਹਨੂੰ ਕਿਹਾ ਜਾਂਦਾ ਪਾਸਬੁੱਕ ਬੱਚਾ ਜ਼ਰੂਰੀ ਬੜੀਆਂ ਜਨਰਲ ਨੋਲੇਜ ਵਾਲੀ ਗੱਲਾਂ ਸਿਗੀਆਂ ਤੇ ਬੈਂਕ ਦੇ ਵਿੱਚ ਜੁੜੀਆਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਸਾਡਾ ਵਾਹ ਪੈਂਦਾ ਹੈ ਤੇ ਸਾਨੂੰ ਇਹ ਸ਼ਬਦਾਵਲੀ ਦਾ ਡਿਪੋਜ਼ਿਟ ਸਲਿੱਪ ਵਿਡਰੋਅਲ ਸਲਿੱਪ ਏਟੀਐਮ ਪਿਨ ਤੇ ਜੁਆਇੰਟ ਅਕਾਊਂਟ ਸਿੰਗਲ ਅਕਾਊਂਟ ਹਨਾ ਤੇ ਫਿਰ ਆਪਣਾ ਪਾਸਬੁੱਕ ਇਹ ਸਾਰੀ ਸ਼ਬਦਾਵਲੀ ਦਾ ਟਰਮਸ ਆ ਸਾਨੂੰ ਪਤਾ ਹੋਣਾ ਚਾਹੀਦਾ ਸੋ ਪਿਆਰੇ ਵਿਦਿਆਰਥੀਓ ਐਸੀ ਤੁਹਾਡੀ ਐਕਸਰਸਾਈਜ਼ 7.9 ਤੇ ਇਸ ਐਕਸਰਸਾਈਜ਼ ਦੇ ਨਾਲ ਇਸ ਵੀਡੀਓ ਦੇ ਨਾਲ ਤੁਹਾਡਾ ਚੈਪਟਰ ਨੰਬਰ 7 ਕੰਪੇアリング ਕੁਆਂਟੀਟिज ਇੱਥੇ ਹੀ ਸਮਾਪਤ ਹੁੰਦਾ ਹੈ ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ